ਸਤਿ ਸ੍ਰੀ ਅਕਾਲ ਦੋਸਤੋ। ਕਹਿੰਦੇ ਨੇ ਸ਼ਰਾਬ, ਬੀੜੀ, ਤੰਬਾਕੂ ਤੇ ਸਿਗਰਟ ਵਗੈਰਾ ਨਾਲ ਤੁਹਾਡੀ ਸਿਹਤ ਨੂੰ ਨੁਕਸਾਨ ਹੁੰਦਾ ਹੈ, ਕੈਂਸਰ ਵੀ ਹੋ ਸਕਦਾ ਹੈ, ਸਟ੍ਰੋਕ ਵੀ ਹੋ ਸਕਦਾ ਹੈ, ਤੁਹਾਨੂੰ ਹੋਰ ਵੀ ਪ੍ਰੋਬਲਮਸ ਆ ਸਕਦੀਆਂ, ਇਹ ਆਪਾਂ ਸਾਰੇ ਜਾਣਦੇ ਹਾਂ। ਪਰ ਅੱਜ ਦੇ ਸਮੇਂ ਦੇ ਵਿੱਚ ਜੇਕਰ ਤੁਸੀਂ ਆਪਣੇ ਭੋਜਨ ਦੇ ਵਿੱਚ ਕੋਈ ਸਵਾਦ ਐਡ ਕਰਨਾ ਚਾਹੁੰਦੇ ਹੋ, ਉਹਦੇ ਵਿੱਚ ਕੋਈ ਮਿਰਚ ਮਸਾਲਾ ਪਾ ਕੇ ਉਹਨੂੰ ਸਵਾਦਲਾ ਬਣਾਉਣਾ ਚਾਹੁੰਦੇ ਹੋ, ਉਹਦੇ ਨਾਲ ਵੀ ਤੁਹਾਨੂੰ ਸੇਮ ਕੰਡੀਸ਼ਨ ਦੀ ਜਿਹੜੀ ਬਿਮਾਰੀਆਂ ਉਹ ਹੋ ਸਕਦੀਆਂ। 5 April 2024 ਨੂੰ ਹਾਂਗਕਾਂਗ ਦੇ ਫੂਡ ਸੇਫਟੀ ਸੈਂਟਰ ਦੇ ਵਿੱਚੋਂ ਪਹਿਲੀ ਨੋਟੀਫਿਕੇਸ਼ਨ ਆਈ ਸੀ, ਜਿਹਦੇ ਵਿੱਚ ਉਹਨਾਂ ਨੇ MDH ਦੇ 3 ਮਸਾਲਿਆਂ ਦੇ ਨਾਮ ਗਿਣਾਏ, ਮਦਰਾਸ ਕੜੀ ਪਾਊਡਰ, ਸਾਂਬਰ ਮਸਾਲਾ ਤੇ ਇੱਕ ਐਵਰੈਸਟ ਕੰਪਨੀ ਦਾ ਫਿਸ਼ ਕੜੀ ਮਸਾਲਾ, ਜਿਹਦੇ ਵਿੱਚ ਇੱਕ ਕੈਮੀਕਲ ਐਥਲੀਨ ਆਕਸਾਈਡ ਦੀ ਬਹੁਤ ਜ਼ਿਆਦਾ ਮਾਤਰਾ ਪਾਈ ਗਈ ਹੈ, ਜਿਹੜਾ ਕਿ ਸਿੱਧੇ ਤੌਰ ਤੇ ਕੈਂਸਰ ਦਾ ਕਾਰਨ ਬਣਦਾ ਹੈ। ਇਥਾਈਲੀਨ ਆਕਸਾਈਡ ਇਹ ਕਈ ਦੇਸ਼ਾਂ ਦੇ ਵਿੱਚ ਤਾਂ ਪੂਰਨ ਤੌਰ ਤੇ ਬੈਨ ਹੈ। ਇਸੇ ਤਰ੍ਹਾਂ ਸਿੰਗਾਪੁਰ ਦੀ ਕੰਪਨੀ ਨੇ ਟੈਸਟਿੰਗ ਕੀਤੀ ਤੇ ਉਹਦੇ ਵਿੱਚ ਫਿਸ਼ ਕਰੀ ਮਸਾਲਾ ਜਿਹੜਾ ਇਹਨਾਂ ਦਾ MDH ਵਾਲਿਆਂ ਦਾ, ਉਹਦੇ ਵਿੱਚ ਵੀ ਸੇਮ ਚੀਜ਼ ਪਾਈ ਗਈ ਤੇ ਉਹਨਾਂ ਨੇ ਵੀ ਇਸ ਨੂੰ ਬੈਨ ਕੀਤਾ। ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਨੇਪਾਲ ਵਰਗੇ ਦੇਸ਼ ਵੀ ਇਸ ਵਿਸ਼ੇ ਤੇ ਆਪਣੀ ਟੈਸਟਿੰਗ ਕਰ ਰਹੇ ਹੈ ਇਹਨਾਂ ਮਸਾਲਿਆਂ ਤੇ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਵੀ ਇਹਨਾਂ ਮਸਾਲਿਆਂ ਤੇ ਬੈਨ ਲੱਗ ਜਾਵੇ। ਤੇ ਗੱਲ ਇੱਥੇ ਹੀ ਖਤਮ ਨਹੀਂ ਹੁੰਦੀ ਦੋਸਤੋ, ਇਹਨਾਂ ਸਾਰੀਆਂ ਚੀਜ਼ਾਂ ਦੇ ਬੈਨ ਹੋਣ ਦੇ ਜਾਂ ਰੀਕਾਲ ਹੋਣ ਦਾ ਕਾਰਨ ਇਹੀ ਇਥਾਈਲੀਨ ਆਕਸਾਈਡ ਨਾਮ ਦਾ ਕੈਮੀਕਲ ਸੀ। ਜਦੋਂ ਆਪਾਂ ਥੋੜ੍ਹੀ ਜਿਹੀ ਹੋਰ ਗਹਿਰਾਈ ਨਾਲ ਗੱਲ ਕਰਦੇ ਹਾਂ, ਜਾਂਚ ਕਰਦੇ ਹਾਂ, ਤਾਂ ਪਤਾ ਲੱਗਦਾ ਹੈ ਵੀ ਪਿਛਲੇ 4 ਸਾਲਾਂ ਦੇ ਦੌਰਾਨ ਯੂਰਪੀਅਨ ਯੂਨੀਅਨ ਦੀ ਫੂਡ ਸੇਫਟੀ ਏਜੰਸੀਆਂ ਨੇ 527 ਭਾਰਤੀ ਪ੍ਰੋਡਕਟਸ ਨੂੰ ਬੈਨ ਕਰ ਦਿੱਤਾ ਜਾਂ ਰੀਕਾਲ ਕਰਤਾ, ਜਾਣੀ ਕਿ ਵਾਪਸ ਕਰਤਾ ਭਾਰਤ ਨੂੰ। ਇਹਦੇ ਵਿੱਚ ਨਟ, ਸੀਡਸ, ਫਰੂਟਸ, ਵੈਜੀਟੇਬਲਸ, ਸਪਾਈਸਿਸ, ਫਲੇਵਰਸ, ਆਈਸਕ੍ਰੀਮਸ, ਥਿਕਨਰਸ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਸ਼ਾਮਲ ਹੈ। ਇੱਥੇ ਹੀ ਬਸ ਨਹੀਂ, MDH ਨੇ ਪਿਛਲੇ 6 ਮਹੀਨਿਆਂ 'ਚ ਜਿੰਨੇ ਵੀ ਮਸਾਲੇ ਅਮੈਰੀਕਾ ਨੂੰ ਭੇਜੇ, US ਕਸਟਮ ਅਥਾਰਟੀ ਨੇ ਉਹਦੇ ਵਿੱਚ 31% ਮਸਾਲਿਆਂ ਨੂੰ ਵਾਪਸ ਭੇਜ ਦਿੱਤਾ। ਉਹਨਾਂ ਦਾ ਕਹਿਣਾ ਹੈ ਕਿ ਇਹਦੇ ਵਿੱਚ ਸੈਲਮੋਨੇਲਾ ਪਾਇਆ ਗਿਆ ਹੈ। ਸੈਲਮੋਨੇਲਾ ਇੱਕ ਇੱਦਾਂ ਦਾ ਬੈਕਟੀਰੀਆ ਹੈ ਜਿਹਦੇ ਕਾਰਨ ਤੁਹਾਨੂੰ ਫੂਡ ਪੋਇਜ਼ਨਿੰਗ ਹੋ ਸਕਦੀ ਹੈ, ਜਿਸਦੇ ਕਾਰਨ ਤੁਹਾਨੂੰ ਬੁਖਾਰ ਹੋ ਸਕਦਾ ਹੈ, ਉਲਟੀ ਹੋ ਸਕਦੀ ਹੈ, ਦਸਤ ਹੋ ਸਕਦੇ ਹੈ ਤੇ ਕਈ ਕੇਸਾਂ ਦੇ ਵਿੱਚ ਥੋੜਾ ਨਰਵਸ ਸਿਸਟਮ ਜਿਹੜਾ ਹੈ ਉਹ ਵੀ ਪ੍ਰਭਾਵਿਤ ਹੋ ਸਕਦਾ ਹੈ। ਸਾਡੇ ਦੇਸ਼ ਦੇ ਵਿੱਚ ਨਾ ਤਾਂ ਮੀਡੀਆ ਦੇ ਕਿਸੇ TV ਚੈਨਲ ਨੇ ਇਸ ਚੀਜ਼ ਨੂੰ ਦਿਖਾਇਆ ਹੈ ਤੇ ਨਾ ਸਰਕਾਰ ਵੱਲੋਂ ਕੋਈ ਐਡਵਾਈਜ਼ਰੀ ਜਾਂ ਕੋਈ ਚੇਤਾਵਨੀ ਆਈ ਹੈ ਹੁਣ ਤੱਕ। ਹਾਲਾਤ ਇੰਨੇ ਗੰਭੀਰ ਨੇ, ਪਰ ਇਹ ਸਾਰੀਆਂ ਗੱਲਾਂ ਸਾਨੂੰ ਉਦੋਂ ਪਤਾ ਲੱਗ ਰਹੀਆਂ ਕਿਉਂਕਿ ਦੂਜੇ ਦੇਸ਼ਾਂ ਦੀਆਂ ਜਿਹੜੀਆਂ ਅਥਾਰਟੀਜ਼ ਹੈ ਉਹ ਆਪਣਾ ਕੰਮ ਕਰ ਰਹੀਆਂ। ਤੁਹਾਨੂੰ ਨਹੀਂ ਲੱਗਦਾ ਵੀ ਇਹ ਸਾਡੇ 140 crore ਇੰਡੀਅਨ ਲੋਕਾਂ ਦੇ ਨਾਲ ਇੱਕ ਵੱਡੀ ਗੇਮ ਖੇਡੀ ਜਾ ਰਹੀ ਹੈ? ਚੇਤਾਵਨੀ ਜਾਂ ਐਡਵਾਈਜ਼ਰੀ ਦੇਣ ਦੀ ਗੱਲ ਤਾਂ ਦੂਰ ਦੀ ਹੈ, ਸਾਡੀ ਸਰਕਾਰ ਨੇ ਪਿਛਲੇ ਸਮੇਂ ਦੇ ਵਿੱਚ ਪੈਸਟੀਸਾਈਡ ਦੀ ਜਿਹੜੀ ਲਿਮਿਟ ਹੈ ਉਹਨੂੰ 10 ਗੁਣਾ ਵਧਾਤਾ, ਜਾਣੀ ਕਿ ਤੁਹਾਡੇ ਮਸਾਲਿਆਂ ਦੇ ਵਿੱਚ ਜਿੰਨਾ ਕੁ ਪੈਸਟੀਸਾਈਡ ਹੋ ਸਕਦਾ ਉਹ ਜਿੰਨਾ ਕੁ ਐਕਸੈਪਟੇਬਲ ਹੈ ਉਹ ਤੋਂ 10 ਗੁਣਾ ਵਧਾ ਦਿੱਤਾ ਗਿਆ। ਹੁਣ ਇੱਥੇ ਕਈ ਲੋਕ ਕਹਿਣਗੇ ਵੀ ਇਹਦੇ ਸਰਕਾਰ ਦਾ ਕੀ ਕਸੂਰ ਹੈ? ਇੱਥੇ ਸਭ ਤੋਂ ਵੱਡੀ ਜ਼ਿੰਮੇਵਾਰੀ ਸਰਕਾਰ ਦੀ ਹੋਈ ਹੈ। ਜਦੋਂ MDH ਨੂੰ ਤੇ ਐਵਰੈਸਟ ਕੰਪਨੀ ਨੂੰ ਪੁੱਛਿਆ ਗਿਆ ਵੀ ਤੁਹਾਡੇ ਮਸਾਲੇ ਇੰਨੇ ਖਰਾਬ ਕਿਉਂ ਨਿਕਲ ਰਹੇ ਹੈ, ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਜਿਹੜੀ ਨੈਸੈਸਰੀ ਕਲੀਅਰੈਂਸ ਤੇ ਅਪਰੂਵਲ ਹੈ ਉਹ ਸਪਾਈਸ ਬੋਰਡ ਆਫ ਇੰਡੀਆ ਤੋਂ ਮਿਲੀ ਹੋਈ ਹੈ। ਹੁਣ ਸਪਾਈਸ ਬੋਰਡ ਆਫ ਇੰਡੀਆ ਕੀ ਹੈ? ਇਹ ਭਾਰਤ ਦੀ ਇੱਕ ਰੈਗੂਲੇਟਰੀ ਏਜੰਸੀ ਹੈ ਜਿਹਨੂੰ ਸਿੱਧੇ ਤੌਰ ਤੇ ਭਾਰਤ ਸਰਕਾਰ ਚਲਾਉਂਦੀ ਹੈ। ਇਹ ਇਕੱਲੇ ਸਾਡੇ ਦੇਸ਼ ਦੀ ਗੱਲ ਨਹੀਂ ਹੈ ਦੋਸਤੋ, ਦੂਜੇ ਦੇਸ਼ਾਂ ਦੀਆਂ ਫੂਡ ਅਥਾਰਟੀ ਜਿਹੜੀ ਏਜੰਸੀਸ ਹੈ ਉਹ ਵੀ ਉਹਨਾਂ ਦੀ ਸਰਕਾਰਾਂ ਦੇ ਅੰਡਰ ਆਉਂਦੀਆਂ, ਪਰ ਘੱਟੋ ਘੱਟ ਉਹ ਦੇਸ਼ ਆਪਣੇ ਲੋਕਾਂ ਨੂੰ ਚੇਤਾਵਨੀਆਂ ਜਾਰੀ ਤਾਂ ਕਰ ਰਹੇ ਹੈ ਵੀ ਇਹਨਾਂ ਇਹਨਾਂ ਮਸਾਲਿਆਂ ਤੋਂ ਦੂਰ ਰਹੋ, ਇਹਦੇ ਵਿੱਚ ਫਲਾਣੇ ਫਲਾਣੇ ਜਿਹੜੇ ਆਕਸਾਈਡ ਹੈ, ਜਿਹੜੇ ਗਲਤ ਕੈਮੀਕਲ ਹੈ ਤੁਹਾਨੂੰ ਬਿਮਾਰ ਕਰ ਸਕਦੇ ਹੈ ਉਹ ਪਾਏ ਗਏ ਹੈ, ਪਰ ਸਾਡੇ ਵਾਲਿਆਂ ਦੇ ਤਾਂ ਮੂੰਹ ਸਿੱਤੇ
ਗਏ ਆ, ਸਾਡੇ ਤਾਂ ਕੋਈ ਕਹਿ ਹੀ ਨਹੀਂ ਰਿਹਾ। ਭਾਰਤ ਦੇ ਵਿੱਚ ਕੋਈ ਵੀ ਐਡਵਾਈਜ਼ਰੀ ਨਾ ਜਾਰੀ ਕਰਨ ਦਾ ਇੱਕ ਕਾਰਨ ਇਹ ਵੀ ਹੈ, ਇਹ ਭਾਰਤ ਜਿਹੜਾ 140 ਕਰੋੜ ਲੋਕਾਂ ਦੀ ਖੁੱਲ੍ਹੀ ਮੰਡੀ ਹੈ, ਜਿੱਥੇ ਸਿੱਧੇ ਤੌਰ 'ਤੇ ਗਲਤ ਜਾਂ ਠੀਕ ਚੀਜ਼ ਕੋਈ ਵੀ ਧੜੱਲੇ ਨਾਲ ਵਿਕ ਸਕਦੀ ਹੈ। ਹੁਣ ਕਈ ਸਰਕਾਰ ਦੇ ਸ਼ੁਭ ਚਿੰਤਕ ਇੱਥੇ ਆ ਕੇ ਕਹਿਣਗੇ ਵੀ ਇਹ ਤਾਂ ਸਾਡੀ ਸਰਕਾਰ ਨੂੰ ਬਦਨਾਮ ਕਰਨ ਵਾਸਤੇ ਕੀਤਾ ਜਾ ਰਿਹਾ, ਝੂਠਾ ਪ੍ਰਚਾਰ ਹੈ, ਪ੍ਰੋਪੇਗੰਡਾ ਕੀਤਾ ਜਾ ਰਿਹਾ। ਪਰ ਨਹੀਂ ਦੋਸਤੋ, ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੈ ਕਿ ਪਿਛਲੇ  4 ਸਾਲਾਂ ਦੇ ਵਿੱਚ 527 ਇੰਡੀਅਨ ਪ੍ਰੋਡਕਟਸ ਨੂੰ ਬੈਨ ਕਰ ਦਿੱਤਾ ਗਿਆ ਜਾਂ ਵਾਪਸ ਭੇਜ ਦਿੱਤਾ ਗਿਆ। ਇਹ ਹੁਣ ਨਹੀਂ, ਇਹ ਪਿਛਲੇ ਸਮੇਂ ਤੋਂ ਚੱਲਿਆ ਆਉਂਦਾ। ਪਰ ਕਮਾਲ ਦੀ ਗੱਲ ਤਾਂ ਇਹ ਹੈ ਵੀ ਸਾਡੇ ਇੱਥੇ ਕੋਈ ਵੀ ਨਿਊਜ਼ ਚੈਨਲ ਦਿਖਾ ਕਿਉਂ ਨਹੀਂ ਰਿਹਾ ਇਹ ਚੀਜ਼। ਅਕਤੂਬਰ 2022 ਤੋਂ ਲੈ ਕੇ ਸਤੰਬਰ 2023 ਤੱਕ ਅਮੈਰੀਕਾ ਨੇ MDH ਦੇ 15% ਮਸਾਲਿਆਂ ਨੂੰ ਸਿੱਧੇ ਤੌਰ 'ਤੇ ਬੈਨ ਕਰ ਦਿੱਤਾ। ਜੇ ਇਹਦੇ ਵਿੱਚ ਕੋਈ ਘਾਟ ਸੀ, ਕਮੀ ਸੀ, ਤੰਗੀ ਤੋਸ਼ੀ ਸੀ ਤਾਂ ਹੀ ਕੀਤਾ। ਪਰ ਸਾਡੇ ਵਾਲਿਆਂ ਨੇ ਅੱਜ ਤੱਕ ਕਿਸੇ ਵੀ ਨਿਊਜ਼ ਚੈਨਲ ਨੇ ਇਹ ਦਿਖਾਇਆ ਨਹੀਂ ਕਿ ਸਾਡੇ ਕਿਸੇ ਮਸਾਲੇ ਦੇ ਵਿੱਚ ਕੋਈ ਕਮੀ ਪੇਸ਼ੀ ਹੈਗੀ ਹੈ। ਲੋਕ ਇੱਥੇ ਧੜੱਲੇ ਨਾਲ ਖਾ ਰਹੇ ਹੈ। ਹੁਣ ਇੱਕ ਸਵਾਲ ਇੱਥੇ ਇਹ ਉੱਠਦਾ ਹੈ ਵੀ ਜਿਹੜਾ ਕਿਸਾਨ ਮਸਾਲੇ ਪੈਦਾ ਕਰ ਰਿਹਾ, ਜਿਹਨੇ ਸਪਾਈਸਿਸ ਪੈਦਾ ਕੀਤੇ ਨੇ, ਵੀ ਹੋ ਸਕਦਾ ਇਥਾਈਲੀਨ ਆਕਸਾਈਡ ਉੱਥੋਂ ਆਇਆ ਹੋਏ। ਪਰ ਨਹੀਂ ਦੋਸਤੋ, ਇੱਥੇ ਅਸੀਂ ਗਲਤ ਹਾਂ। ਇਥਾਈਲੀਨ ਆਕਸਾਈਡ ਦੇ ਵਾਸਤੇ ਜ਼ਿੰਮੇਵਾਰ ਕੋਈ ਕਿਸਾਨ ਨਹੀਂ ਹੈਗਾ, ਇਹਦੇ ਵਾਸਤੇ ਜ਼ਿੰਮੇਵਾਰ ਉਹ ਕੰਪਨੀਆਂ ਜਿਨ੍ਹਾਂ ਨੇ ਇਹਨਾਂ ਮਸਾਲਿਆਂ ਨੂੰ ਕਿਸਾਨ ਤੋਂ ਖਰੀਦ ਕੇ ਪ੍ਰੋਸੈਸ ਕੀਤਾ, ਪ੍ਰੋਸੈਸ ਕਰਨ ਤੋਂ ਬਾਅਦ ਪੈਕ ਕਰਕੇ ਫਿਰ ਸਟੋਰ ਕੀਤਾ, ਉਸ ਸਮੇਂ ਦੇ ਦੌਰਾਨ ਇਹਦੇ ਵਿੱਚ ਆ ਕੇ ਇਥਾਈਲੀਨ ਆਕਸਾਈਡ ਪਾਇਆ ਗਿਆ। ਜਦੋਂ ਖੇਤ ਦੇ ਵਿੱਚੋਂ ਸਾਡੇ ਕੋਲ ਆਇਆ ਉਦੋਂ ਤੱਕ ਕੋਈ ਉਹਦੇ ਵਿੱਚ ਗਲਤ ਆਕਸਾਈਡ ਨਹੀਂ ਸੀਗਾ, ਪਰ ਸਟੋਰੇਜ ਦੇ ਦੌਰਾਨ ਤੇ ਉਹਨੂੰ ਪੈਕੇਜਿੰਗ ਦੌਰਾਨ ਇਹ ਜਿਹੜਾ ਇਥਾਈਲੀਨ ਆਕਸਾਈਡ ਹੈ ਇਹ ਆਇਆ। ਆਕਸਾਈਡ ਇੰਨਾ ਕੁ ਖਤਰਨਾਕ ਕੈਮੀਕਲ ਹੈ, ਕਹਿੰਦੇ ਆ ਵੀ ਜੇਕਰ ਤੁਸੀਂ ਇਸ ਕੈਮੀਕਲ ਨੂੰ ਸਿਰਫ ਸੁੰਘਣ ਮਾਤਰ ਵੀ, ਇਨਹੇਲ ਕਰਨ ਮਾਤਰ ਵੀ, ਤੁਹਾਨੂੰ ਬ੍ਰੈਸਟ ਕੈਂਸਰ ਜਾਂ ਕੋਈ ਹੋਰ ਕੈਂਸਰ ਦਾ ਖਤਰਾ ਵੱਧ ਜਾਂਦਾ। ਸੋਚੋ ਜੇ ਸਾਡੇ ਮਸਾਲਿਆਂ ਦੇ ਵਿੱਚ ਇਹਦੀ ਭਰਪੂਰ ਮਾਤਰਾ ਆਉਣ ਲੱਗ ਪਈ ਤਾਂ ਕੈਂਸਰ ਤਾਂ ਸ਼ੋਰ ਹੈ ਕਿ ਹੋਏਗਾ ਹੀ ਹੋਏਗਾ। ਇਹੀ ਕਾਰਨ ਹੈ ਕਿ ਯੂਰਪੀਅਨ ਯੂਨੀਅਨ ਦੇ ਵਿੱਚ ਇਥਾਈਲੀਨ ਆਕਸਾਈਡ ਨੂੰ ਲੈ ਕੇ 0% ਟੋਲਰੈਂਸ ਪਾਲਿਸੀ ਹੈ ਕਿ ਉਹ ਬਿਲਕੁਲ ਵੀ ਇਸ ਚੀਜ਼ ਨੂੰ ਸਵੀਕਾਰ ਨਹੀਂ ਕਰਦੇ ਹੈਗੇ, ਤੇ ਸਾਡੇ ਇੱਥੇ ਧੜੱਲੇ ਨਾਲ ਵਿਕਦਾ। ਦੁਨੀਆ ਦੇ ਕੋਨੇ ਕੋਨੇ ਤੋਂ ਭਾਰਤ ਦੀਆਂ ਚੀਜ਼ਾਂ ਨੂੰ ਬਲੈਕਲਿਸਟ ਕੀਤਾ ਜਾ ਰਿਹਾ ਹੈ, ਉਹਨਾਂ ਨੂੰ ਵਾਪਸ ਭੇਜਿਆ ਜਾ ਰਿਹਾ, ਤਰਾਹ ਤਰਾਹ ਹੋਈ ਪਈ ਹੈ ਪੂਰੀ ਦੁਨੀਆ ਦੇ ਵਿੱਚ। ਪਰ ਸਾਡੀ ਸਰਕਾਰ ਚੁੱਪ ਹੈ, ਸਾਡੇ ਮੀਡੀਆ ਅਦਾਰੇ ਚੁੱਪ ਨੇ, ਸਾਡਾ FSSCI ਚੁੱਪ ਹੈ। ਆਖਰ ਕਿਉਂ ਦੋਸਤੋ, ਕਿਹਨੂੰ ਫਾਇਦਾ ਪਛਾਣ ਵਾਸਤੇ ਇਹ ਸਾਰਾ ਕੁਛ ਕੀਤਾ ਜਾ ਰਿਹਾ ਹੈ? ਤੁਸੀਂ ਇਹ ਸਾਰੇ ਕੁਛ ਬਾਰੇ ਕੀ ਸੋਚਦੇ ਹੋ ਕਮੈਂਟ ਕਰਕੇ ਜ਼ਰੂਰ ਦੱਸਿਓ, ਤੇ ਅਗਲੀ ਵੀਡੀਓ ਆਪਾਂ ਕਿਹੜੇ ਟੌਪਿਕ ਤੇ ਲੈ ਕੇ ਆਏ ਉਹ ਵੀ ਜ਼ਰੂਰ ਦੱਸਿਓ। ਬੜੀ ਜਲਦੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਊਂਗਾ। ਸਤਿ ਸ਼੍ਰੀ ਅਕਾਲ ਦੋਸਤੋ।